ਸਤਿ ਸ਼੍ਰੀ ਅਕਾਲ ਜੀ, ਪੰਜਾਬੀ ਰਸੋਈ ਵਿੱਚ ਤੁਹਾਡਾ ਸਵਾਗਤ ਕਰਦੇ ਹਾਂ। ਅੱਜ ਆਪਾਂ ਬਣਾਵਾਂਗੇ ਵੈਜ ਬਿਰਿਆਨੀ, ਵੈਜ ਹਾਂਡੀ ਬਿਰਿਆਨੀ ਬਣਾਵਾਂਗੇ। ਹਾਂਡੀ ਦੇ ਫਲੇਵਰ ਦੀ ਬਿਰਿਆਨੀ ਬਹੁਤ ਟੇਸਟੀ ਹੁੰਦੀ ਹੈ। ਆਪਾਂ ਵੀਡੀਓ ਸ਼ੁਰੂ ਕਰਦੇ ਹਾਂ। ਪਹਿਲਾਂ ਮੈਂ ਰਾਈਸ ਪੂਰੀ ਰਾਤ ਭਿਓ ਕੇ ਰੱਖੀ ਸੀ, ਇਹਦੇ ਵਿੱਚ ਆਪਾਂ ਪਾਣੀ ਕੱਢ ਦਾਂਗੇ। ਹੁਣ ਇਹਨਾਂ ਨੂੰ ਆਪਾਂ ਉਬਾਲ ਲਾਂਗੇ। ਸਭ ਤੋਂ ਪਹਿਲਾਂ ਕੜਾਹੀ ਦੇ ਵਿੱਚ ਰਾਈਸ ਪਾਵਾਂਗੇ। ਤੁਸੀਂ ਆਪਣੇ ਹਿਸਾਬ ਨਾਲ ਜਿੰਨੇ ਤੁਹਾਨੂੰ ਚਾਹੀਦੇ ਉਸ ਹਿਸਾਬ ਨਾਲ ਤੁਸੀਂ ਰਾਈਸ ਲੈ ਸਕਦੇ ਹੋ। ਜਿੰਨੇ ਆਪਾਂ ਰਾਈਸ ਲਿੱਤੇ ਸੀ ਉਨਾ ਹੀ ਪਾਣੀ ਪਾਵਾਂਗੇ, ਥੋੜ੍ਹਾ ਜਿਹਾ ਵੱਧ ਪਾਵਾਂਗੇ। ਇਸ ਵੇਲੇ ਇਹਦੇ ਵਿੱਚ ਆਪਾਂ ਦੋ ਤੇਜ ਪੱਤਾ, ਇੱਕ ਦਾਲਚੀਨੀ, ਦੋ ਛੋਟੀ ਇਲਾਇਚੀ, ਤਿੰਨ ਲੌਂਗ, ਇੱਕ ਬੜੀ ਇਲਾਇਚੀ ਨੂੰ ਤੋੜ ਕੇ ਪਾ ਦਾਂਗੇ ਆਪਾਂ। ਤੁਸੀਂ ਚਾਹੋ ਤਾਂ ਕਾਲੀ ਮਿਰਚ ਵੀ ਪਾ ਸਕਦੇ ਹੋ, ਕਾਲੀ ਮਿਰਚ ਸਾਬਤ ਪਾ ਸਕਦੇ ਹੋ, ਪਰ ਮੈਨੂੰ ਪਰਸਨਲੀ ਉਹ ਅੱਛੀ ਨਹੀਂ ਲੱਗਦੀ, ਇਸ ਲਈ ਨਹੀਂ ਪਾਉਂਗੀ। ਥੋੜ੍ਹਾ ਜਿਹਾ ਨਮਕ ਪਾਵਾਂਗੇ, ਇੱਕ ਚਮਚ ਘਿਓ ਦਾ ਪਾਵਾਂਗੇ। ਇਹਦੇ ਵਿੱਚ ਹੀ ਮੈਂ ਬੋਇਲ ਕਰ ਲੂੰਗੀ ਟਮਾਟਰ ਕੱਟਿਆ ਹੋਇਆ ਅਤੇ ਆਲੂ। ਟਮੈਟੋ ਮੈਂ ਇਹਦੇ ਵਿੱਚ ਇਸ ਲਈ ਪਾਇਆ ਕਿਉਂਕਿ ਕਲਰਫੁੱਲ ਜਿਹੇ ਰਾਈਸ ਲੱਗਦੇ ਨੇ। ਫਿਰ ਅਗਰ ਆਪਾਂ ਮਸਾਲੇ ਦੇ ਵਿੱਚ ਹੀ ਭੁੰਨਾਂਗੇ ਤਾਂ ਸਬਜ਼ੀਆਂ ਦੇ ਵਿੱਚ ਹੀ ਮਿਕਸ ਹੋ ਜਾਏਗਾ, ਇਸ ਲਈ ਆਪਾਂ ਇਹਨੂੰ ਅਲੱਗ ਤੋਂ ਹੀ ਰਾਈਸ ਦੇ ਨਾਲ ਹੀ ਬੋਇਲ ਕਰ ਲਾਂਗੇ। ਇਹਨਾਂ ਨੂੰ ਆਪਾਂ 80% ਬੋਇਲ ਕਰਾਂਗੇ ਕਿਉਂਕਿ ਬਾਕੀ ਦਾ ਆਪਾਂ ਨੇ ਹਾਂਡੀ ਦੇ ਵਿੱਚ ਵੀ ਇਹਨਾਂ ਨੂੰ ਪਕਾਉਣਾ ਹੈ, ਇਸ ਲਈ ਆਪਾਂ ਇਹਨੂੰ 80% ਪਕਾ ਕੇ ਕੱਢ ਲਾਂਗੇ। ਮੈਂ ਇਹਨਾਂ ਨੂੰ 80% ਪਕਾ ਕੇ ਇਹਨਾਂ ਵਿੱਚੋਂ ਪਾਣੀ ਕੱਢਤਾ ਸੀ। ਤੜਕੇ ਦੇ ਵਿੱਚ ਆਪਾਂ ਸਬਜ਼ੀਆਂ ਪਾਵਾਂਗੇ। ਸਭ ਤੋਂ ਪਹਿਲਾਂ ਸ਼ਿਮਲਾ ਮਿਰਚ, ਮਟਰ, ਫਲੀਆਂ, ਗਾਜਰ, ਗੋਭੀ, ਮਸ਼ਰੂਮਸ। ਆਪਾਂ ਸਾਰੀਆਂ ਸਬਜ਼ੀਆਂ ਦੇ ਵਿੱਚ 3 ਚਮਚ ਦਹੀਂ ਪਾ ਕੇ ਮਸਾਲੇ ਪਾਵਾਂਗੇ। ਪਹਿਲਾਂ 1 ਚਮਚ ਆਪਾਂ ਕਸੂਰੀ ਮੇਥੀ ਪਾ ਲਾਂਗੇ, ਥੋੜ੍ਹੀ ਜਿਹੀ ਕਾਲੀ ਮਿਰਚ ਪਾਵਾਂਗੇ ਕਿਉਂਕਿ ਆਪਾਂ ਪਹਿਲਾਂ ਨਹੀਂ ਯੂਜ ਕੀਤੀ ਰਾਈਸ ਵਿੱਚ। ਨਮਕ ਪਾਵਾਂਗੇ, ਨਮਕ ਦੇਖ ਕੇ ਥੋੜ੍ਹਾ ਹੀ ਪਾਇਆ ਕਿਉਂਕਿ ਰਾਈਸ ਵਿੱਚ ਵੀ ਹੋਊਗਾ। 1/2 ਚਮਚ ਮਿਰਚ, ਇਹਨਾਂ ਨੂੰ ਮਿਕਸ ਕਰ ਲਾਂਗੇ। ਮੈਂ ਹਲਦੀ ਪਾਉਣਾ ਭੁੱਲ ਗਈ ਸੀ, 1/2 ਚਮਚ ਹਲਦੀ ਵੀ ਪਾ ਲਾਂਗੇ ਆਪਾਂ। ਅੱਛੀ ਤਰ੍ਹਾਂ ਇਹਨਾਂ ਨੂੰ ਮਿਕਸ ਕਰ ਲਾਂਗੇ। ਇਹ ਆਪਣੀ ਸਬਜ਼ੀਆਂ ਮੈਰੀਨੇਟ ਹੋ ਗਈਆਂ। ਉਸ ਤੋਂ ਬਾਅਦ ਆਪਾਂ ਕੜਾਹੀ ਵਿੱਚ 3 ਚਮਚ ਘਿਓ ਪਾਵਾਂਗੇ। ਇਹਦੇ ਵਿੱਚ ਆਪਾਂ ਕਾਜੂ ਥੋੜ੍ਹੇ ਜਿਹੇ ਰੋਸਟ ਕਰ ਲਾਂਗੇ, ਹਲਕੇ ਜਿਹੇ ਬਰਾਊਨ ਹੋਣ ਦੀ ਕੱਢ ਲਾਂਗੇ। ਉਸ ਤੋਂ ਬਾਅਦ ਆਪਾਂ ਘਿਓ ਦੇ ਵਿੱਚ 1 ਚਮਚ ਜੀਰਾ, 1 ਚਮਚ ਆਪਾਂ ਕੱਟਿਆ ਹੋਇਆ ਅਦਰਕ ਪਾਵਾਂਗੇ, ਛੋਟਾ ਛੋਟਾ ਕੱਟ ਕਰ ਲਿਆ ਸੀ ਮੈਂ, ਅਤੇ 2 ਕੱਟੀਆਂ ਹੋਈਆਂ ਹਰੀ ਮਿਰਚ। ਬਸ ਨਾਲ ਦੀ ਨਾਲ ਹੀ ਆਪਾਂ ਸਬਜ਼ੀਆਂ ਪਾ ਦਾਂਗੇ ਇਹਦੇ ਵਿੱਚ, ਅੱਛੀ ਤਰ੍ਹਾਂ ਮਿਕਸ ਕਰ ਲਾਂਗੇ। ਜਿਸ ਦੇ ਵਿੱਚ ਮੈਂ ਸਬਜ਼ੀਆਂ ਮਿਕਸ ਕਰੀਆਂ ਸੀ ਉਹਦੇ ਵਿੱਚ ਮਸਾਲੇ ਸੀ, ਇਸ ਲਈ ਮੈਂ ਉਹਦੇ ਵਿੱਚ ਹੀ ਪਾਣੀ ਪਾ ਕੇ ਇਹਦੇ ਵਿੱਚ ਪਾ ਲੂੰਗੀ, ਥੋੜ੍ਹਾ ਜਿਹਾ ਪਾਣੀ ਪਾ ਕੇ ਪਾ ਲਾਂਗੇ ਆਪਾਂ। ਥੋੜ੍ਹਾ ਜਿਹਾ ਧਨੀਆ ਪਾ ਲਾਂਗੇ, ਧਨੀਆ ਪਾ ਕੇ ਇਹਨੂੰ ਢੱਕ ਕੇ 2 ਕੁ ਮਿੰਟ ਪਕਾ ਲਾਂਗੇ। 2 ਕੁ ਮਿੰਟ ਬਾਅਦ ਆਪਾਂ ਚੈੱਕ ਕਰ ਲਾਂਗੇ। ਬਸ ਆਪਣੀ ਸਬਜ਼ੀਆਂ ਥੋੜ੍ਹੀ ਥੋੜ੍ਹੀਆਂ ਪੱਕ ਚੁੱਕੀਆਂ ਨੇ, ਬਾਕੀ ਆਪਾਂ ਹਾਂਡੀ ਦੇ ਵਿੱਚ ਪਕਾਵਾਂਗੇ। ਇਸ ਤੋਂ ਬਾਅਦ ਇੱਦਾਂ ਦਾ ਮਿੱਟੀ ਦਾ ਭਾਂਡਾ ਆਪਾਂ ਲੈ ਲਾਂਗੇ, ਇਹ ਆਸਾਨੀ ਨਾਲ ਮਿਲ ਜਾਂਦਾ ਹੈ। ਸਭ ਤੋਂ ਪਹਿਲਾਂ ਇਹਦੇ ਵਿੱਚ ਆਪਾਂ ਘਿਓ ਪਾਉਣਾ, ਇਹਨੂੰ ਅੱਛੀ ਤਰ੍ਹਾਂ ਸਾਰੇ ਪਾਸੇ ਫੈਲਾ ਦਾਂਗੇ। ਇਸ ਤੋਂ ਬਾਅਦ ਆਪਾਂ ਇਹਦੇ ਵਿੱਚ ਲੇਅਰਸ ਲਾਉਣੀਆਂ ਨੇ, ਜਿਵੇਂ ਪਹਿਲਾਂ ਸਬਜ਼ੀ ਪਾਵਾਂਗੇ, ਫਿਰ ਰਾਈਸ, ਫਿਰ ਸਬਜ਼ੀ, ਫਿਰ ਰਾਈਸ, ਇੱਦਾਂ ਕਰਕੇ ਇਹਨੂੰ ਆਪਾਂ ਫਿਲ ਕਰ ਲਾਂਗੇ ਪੂਰਾ। Thank you.
सब तो उत्ते आपां राइस पा के इहदे उत्ते कट्टिया होया हरा धनिया जिहड़े आपां काजू रोस्ट कीते सी ओह वी पा देंगे। हुण आपां इहनूं अच्छी तरह बंद कर देंगे, आटे की हेल्प नाल आपां इहनूं अच्छी तरह बंद कर देंगे। फिर इनू गैस ते रख के आप पूरे 10 मिनट इनू पकावांगे, लो फ्लेम ते चलन दिओ। दस मिनट बाद आप गैस बंद कर देंगे। इनू तुसी चाहे 1 घंटे बाद चाहे 2 घंटे बाद इनू खोल सकदे हो, थोनू बिरयानी गर्म ही मिलूगी इहदे विच, तुसी जद भी खाना इनू उदो ही ओपन करके खा सकदे हो। मैं इन्हों 10 मिनट बाद ओपन किया सी क्योंकि उस टाइम बहुत ज़्यादा गर्म सी। इन्हों आप ओपन कर दिया, अपनी बिरयानी बिल्कुल रेडी है, वेज बिरयानी, बिल्कुल कलरफुल जी बिरयानी बनी है। उत्ते आप गार्निश लिए कटिया होया धनिया पा देंगे। रायते नाल खाओ, इंजॉय करो। रायते दी मैं वीडियो पहला पा चुकी हाँ, अगर तुसी देखना चाहो तो डिस्क्रिप्शन च लिंक दे दूंगी। थोनू अज दी वीडियो अच्छी लगी होवे तो लाइक सबसक्राइब कर दिओ। हुण आपां मिलदे अगली वीडियो दे विच, बाय।